ਜਿਹੜਾ ਹਾਥੀ ਤੇ ਸਵਾਰ ਉਹਨੂੰ ਮਾਰਨਾ ਕਠਿਨ ਹੈਗਾ ਥੋੜਾ ਜਿਹਾ, ਉਹ ਜ਼ਿਆਦਾ ਵਾਰ ਕਰ ਸਕਦਾ ਕਿਉਂਕਿ ਉਹਦੇ ਹੱਥ ਵਿੱਚ ਬਰਛਾ ਹੋਵੇ, ਘੋੜੇ ਤੇ ਸਵਾਰ ਹੋਏ ਨੂੰ ਵੀ ਪਰੋ ਦੇਗਾ ਉਹ, ਪੈਦਲ ਨੂੰ ਤੇ ਉਹਨੇ ਕੁਝ ਸਮਝਣਾ ਹੀ ਨਹੀਂ ਹੈ ਭਾਈ, ਤੇ ਪੈਦਲ ਦਾ ਕੋਈ ਉਹਦੇ ਤੇ ਵਾਰ ਵੀ ਨਹੀਂ ਚੱਲਣਾ, ਉਹ ਉਸ ਤੋਂ ਉੱਪਰ ਦੀ ਗੱਲ ਹੈਗੀ। ਹੁਣ ਪਹਿਲਾਂ ਜਿਹੜੇ ਗੁਣ ਦੱਸੇ ਨੇ ਇਹਨੂੰ ਥੋੜਾ ਜਿਹਾ ਤਰਤੀਬ ਨਾਲ ਸੁਣਨਾ, ਫਿਰ ਹੋ ਸਕਦਾ ਸਾਡੇ ਮਾਨਸਿਕ ਵਿਕਾਸ ਹੋਣ, ਸਾਡੀ ਗੁਰੂ ਨਾਲ ਥੋੜੀ ਜਿਹੀ ਗੰਢ ਬਣੇ। ਪਹਿਲੇ ਜਿਹੜੇ ਗੁਣ ਦੱਸੇ ਨੇ ਉਹ ਕੁਛ ਬਾਹਰ ਮੁਖੀ ਨੇ, ਸੰਬੰਧ ਉਹਨਾਂ ਦਾ ਵੀ ਅੰਦਰ ਨਾਲ ਹੈਗਾ, ਲੇਕਿਨ ਉਹ ਬਾਹਰ ਮੁਖੀ ਵੀ ਹੈਗੇ ਥੋੜੇ ਜਿਹੇ। ਪਰ ਜਿਹੜਾ ਉਸ ਤੋਂ ਉੱਪਰ ਅੱਗੇ ਗੱਲ ਆ ਗਈ, ਉਹ ਥੋੜੀ ਜਿਹੀ ਉੱਪਰ ਦੀ ਉੱਪਰਲੇ ਲੈਵਲ ਦੀ ਗੱਲ ਆ ਗਈ।